ਦੋਸਤੋ ਥੇ ਵੀ ਅਗਰ ਇੱਕ ਸਨੈਪਚੈਟ ਯੂਜ਼ਰ ਹੋ ਤੋ ਥੇ ਜਮਾ ਸਹੀ ਵੀਡੀਓ ਪਰ ਕਲਿੱਕ ਕਰਿਓ ਹੈ। ਫ੍ਰੈਂਡਸ ਥਾਨਾ ਪਤਾ ਹੋਗੋ ਕਿ ਆਪਨ ਸਨੈਪਚੈਟ ਪਰ ਇੱਕ ਫੀਚਰ ਮਿਲਾ ਮਾਈ ਆਈਜ਼ ਓਨਲੀ, ਠੀਕ ਹੈ। ਦੋਸਤੋ ਆਪਾਂ ਵੀ ਫੀਚਰ ਕੋ ਯੂਜ ਕਰਕੇ ਕੋਈ ਵੀ ਫੋਟੋ ਵੀਡੀਓ ਹਾਈਡ ਕਰਾਂ ਤਾਂ ਕਿ ਵੇ ਫੋਟੋ ਵੀਡੀਓ ਆਪਣਾ ਇਲਾਵਾ ਕੋਈ ਵੀ ਨਾ ਦੇਖ ਸਕੇ। ਫ੍ਰੈਂਡਸ ਆਪਣੀ ਫੀਚਰ ਕੋ ਯੂਜ ਕਰਨ ਖਾਤਰ ਇੱਕ ਪਾਸਵਰਡ ਕ੍ਰੀਏਟ ਕਰਨਾ ਪੜੇ, ਯਾਨੀ ਕਿ ਜਦ ਆਪਾਂ ਹਾਈਡ ਕਰੇਡੀ ਫੋਟੋ ਵੀਡੀਓ ਦੇਖਣੀ ਹੋਵੇ ਤਾਂ ਪਹਿਲਾਂ ਆਪਾਂ ਪਾਸਵਰਡ ਬਰਨੋ ਪੜੇ। ਲੇਕਿਨ ਦੋਸਤੋ ਪ੍ਰੋਬਲਮ ਜਦ ਕ੍ਰੀਏਟ ਹੋਵੇ ਜਦ ਆਪਾਂ ਵੋ ਪਾਸਵਰਡ ਯਾਦ ਨਾ ਰਹੇ, ਤੋ ਇਹ ਖਾਤਰ ਫ੍ਰੈਂਡਸ ਅੱਜ ਕੀ ਵੀਡੀਓ ਮੈਂ ਤੁਹਾਨੂੰ ਬਤਾਉਂਗੀ ਕਿ ਆਖਿਰ ਆਪਾਂ ਕੁੱਕਰ ਮਾਈ ਆਈਜ ਓਨਲੀ ਕੋ ਪਾਸਵਰਡ ਪਤੋ ਕਰਾਂ ਯਾ ਫਿਰ ਮਾਈ ਆਈਜ ਓਨਲੀ ਕੋ ਪਾਸਵਰਡ ਹੈ ਵੋ ਫੋਰਗੇਟ ਕੁੱਕਰ ਕਰਾਂ। ਬਹੁਤ ਹੀ ਸਿੰਪਲ ਸੋ ਪ੍ਰੋਸੈਸ ਹੈ ਦੋਸਤੋ, ਥੇ ਬਸ ਮੇਰੇ ਸਾਗਾ ਸਾਗਾ ਸਟੈਪ ਫੋਲੋ ਕਰਤਾ ਰਹੀਓ। ਤੋ ਵੀ ਦੋਸਤੋ ਜਾਣਨ ਖਾਤਰ ਵੀਡੀਓ ਨੂੰ ਬਿਨਾਂ ਸਕਿਪ ਕਰੇ ਸ਼ੁਰੂ ਲੇਰ ਲਾਸਟ ਤੱਕ ਕੰਪਲੀਟ ਦੇਖੀਓ। ਰਾਮ ਰਾਮ ਵੀ ਸਾਰਾ ਨੇ, ਟੈਗ ਡਾਬਾ ਪੈ ਤਾਰਾ ਸਵਾਗਤ ਹੈ। ਚਲੋ ਵੀ ਦੋਸਤੋ ਅੱਜ ਆਪਾਂ ਸਿੱਖਾਂਗਾ ਕਿ ਮਾਈ ਆਈਜ ਓਨਲੀ ਕੋ ਪਾਸਵਰਡ ਕੁੱਕਰ ਪਤੋ ਕਰਾਂ ਯਾ ਫਿਰ ਬਿੰਗੀ ਜਗ੍ਹਾ ਨਯੋ ਪਾਸਵਰਡ ਕੁੱਕਰ ਕ੍ਰੀਏਟ ਕਰਾਂ। ਤੋ ਇਹ ਖਾਤਰ ਮੈਂ ਤੁਹਾਨੂੰ ਮੇਰਾ ਸਨੈਪਚੈਟ ਪਹਿਲੇ ਚਾਲੂ। ਇਹ ਬਾਪਾ ਜੋ ਫੋਟੋ ਵਾਲੋ ਆਈਕਨ ਦਿਖਾ ਇਸ ਪਰ ਕਲਿੱਕ ਕਰਾਂਗਾ। ਦੋਸਤੋ ਇਹ ਥੇ ਦੇਖ ਸਕੋ ਇਹ ਤਾਪਨ ਮਾਈ ਆਈਜ ਓਨਲੀ ਕੋ ਫੀਚਰ ਮਿਲਾ ਇੰਗੋ ਯੂਜ ਕਰ ਆਪਾਂ ਕੋਈ ਵੀ ਫੋਟੋ ਵੀਡੀਓ ਹਾਈਡ ਕਰ ਸਕਾਂ। ਇਹ ਬਾਪਾ ਮਾਈ ਆਈਜ ਓਨਲੀ ਕੋ ਪਾਸਵਰਡ ਭੁੱਲ ਗਿਆ। ਤੋ ਅਭੀ ਆਪਾਂ ਕੁੱਕਰ ਪਤੋ ਕਰਾਂ ਕਿ ਯਾਰ ਇੰਗੋ ਪਾਸਵਰਡ ਕੇ ਹੋ। ਤੋ ਤੁਹਾਨੂੰ ਬਸ ਕਰਨੋ ਕੇ ਹੈ ਇਹ ਤੂੰ ਤੋ ਥੇ ਬੇਕ ਹੋ ਜਿਓ ਔਰ ਪ੍ਰੋਫਾਈਲ ਵਾਲਾ ਆਈਕਨ ਪਰ ਕਲਿੱਕ ਕਰੀਓ। ਇਤ ਕਲਿੱਕ ਕਰਨ ਦੇ ਬਾਅਦ ਦੋਸਤੋ ਤੁਹਾਨੂੰ ਸੈਟਿੰਗ ਵਾਲਾ ਆਈਕਨ ਪਰ ਜਾਣੋ ਹੈ। ਇਹ ਦੋਸਤੋ ਆਪਾਂ ਥੋੜੀ ਸੀ ਸਕਰੀਨ ਸਕਰੋਲ ਕਰਾਂ ਤੋ ਆਪਾਂ ਨੇ ਤੇ ਇੱਕ ਆਪਸ਼ਨ ਮਿਲੀ ਆਈ ਨੀਡ ਹੈਲਪ, ਇਸ ਪਰ ਕਲਿੱਕ ਕਰਾਂਗਾ। ਥੋੜਾ ਸੋ ਟਾਈਮ ਲੱਗ ਗਈ ਦੋਸਤੋ ਯੋ ਲੋਡਿੰਗ ਹੋਵੇ ਪੇਜ। ਥੋੜਾ ਸੋ ਨੀਚੇ ਸਕਰੋਲ ਕਰ ਆਪਾਂ ਲੈਂਗੁਏਜ ਚੇਂਜ ਕਰ ਲਿਆਂਗਾ, ਇਥੋਂ ਇੰਗਲਿਸ਼ ਕਰ ਲੇਵਾਂ, ਠੀਕ ਹੈ। ਇਹ ਦੋਸਤੋ ਆਪਾਂ ਥੋੜੀ ਸਕਰੀਨ ਸਕਰੋਲ ਕਰਾਂਗਾ ਔਰ ਇਹ ਤਾਂ ਆਪਾਂ ਨੇ ਇੱਕ ਆਪਸ਼ਨ ਮਿਲੀ ਕੰਟੈਕਟ ਅਸ, ਇਸ ਪਰ ਜਾਵਾਂਗਾ। ਇਹ ਦੋਸਤੋ ਆਪਣੇ ਕਿਨੇ ਕੁਛ ਇਸੋ ਪੇਜ ਆਇਓ ਹੈ। ਆਪਾਂ ਜਾਣੋ ਹੈ ਜੋ ਲਾਸਟ ਥਰਡ ਆਪਸ਼ਨ ਹੈ ਆਈ ਨੀਡ ਹੈਲਪ ਵਿਦ ਦ ਸਨੈਪਚੈਟ ਫੀਚਰ, ਇਹ ਪੇ ਕਲਿੱਕ ਕਰਾਂ ਆਪਾਂ। ਇਹ ਪੇ ਕਲਿੱਕ ਕਰਨ ਦੇ ਬਾਅਦ ਆਪਣੇ ਕਿਨੇ ਕੁਛ ਇਸੋ ਪੇਜ ਆ ਗਿਓ। ਇਹ ਤਾਂ ਆਪਣੇ ਕਿਨੇ ਇੱਕ ਲਾਈਨ ਆਈ ਹੈ ਵਟ ਫੀਚਰ ਇਜ ਦਿਸ ਰਿਲੇਟਿਡ ਟੂ, ਇਹ ਮੈਂ ਬਹੁਤ ਸਾਰਾ ਆਪਸ਼ਨ ਹੈ ਦੋਸਤੋ। ਇਹ ਤੂੰ ਆਪਾਂ ਜਾਣੋ ਮੈਮਰੀਜ ਮੈਂ, ਇਤ ਜਾਣ ਕੇ ਬਾਅਦ ਦੋਸਤੋ ਇਤ ਆਪਣੇ ਕਿੰਨੇ ਤਿੰਨ ਆਪਸ਼ਨ ਆਵੇ। ਆਪਾਂ ਸੈਕਿੰਡ ਆਪਸ਼ਨ ਪਰ ਕਲਿੱਕ ਕਰਨਾ ਹੈ ਯੂਜਿੰਗ ਮਾਈ ਆਈਜ ਓਨਲੀ, ਕਰ ਦਿਓ। ਇਤ ਦੋਸਤੋ ਆਪਣੇ ਕਿੰਨਾ ਬਹੁਤ ਸਾਰਾ ਆਪਸ਼ਨ ਆ ਗਿਆ। ਆਪਾਂ ਜਾਣੋ ਹੈ ਲਾਸਟ ਸੈਕਿੰਡ ਪੈ ਆਈ ਫੋਰਗੋਟ ਮਾਈ ਆਈਜ ਓਨਲੀ ਪਾਸਵਰਡ, ਇਸ ਪਰ ਕਲਿੱਕ ਕਰਾਂਗਾ। ਇਹ ਦੋਸਤੋ ਆਪਣੇ ਕਿੰਨੇ ਕੁਛ ਇਸੋ ਪੇਜ ਆਇਓ ਹੈ। ਆਪਾਂ ਇਹ ਸਾਰਾ ਦਾ ਸਾਰਾ ਸਟੈਪ ਫੋਲੋ ਕਰ ਮਾਈ ਆਈਜ ਓਨਲੀ ਕੋ ਪਾਸਵਰਡ ਬਿਨ ਫੋਰਗੇਟ ਕਰ ਦੇਵਾਂਗਾ। ਫੋਰਗੇਟ ਕਰਨ ਦੇ ਬਾਅਦ ਆਪਾਂ ਨਯੋ ਪਾਸਵਰਡ ਕ੍ਰੀਏਟ ਕਰ ਲੇਵਾਂਗਾ, ਫਿਰ ਆਪਾਂ ਮਾਈ ਆਈਜ ਓਨਲੀ ਆਪਣੀ ਵੀਡੀਓ ਫੋਟੋਜ ਡਾਲ ਸਕਾਂਗਾ, ਠੀਕ ਹੈ। ਲੇਕਿਨ ਦੋਸਤੋ ਇੱਕ ਪ੍ਰੋਬਲਮ ਯਾ ਵੀ ਹੈ ਕਿ ਅਗਰ ਆਪਾਂ ਮਾਈ ਆਈਜ ਓਨਲੀ ਕੋ ਪਾਸਵਰਡ ਉਹ ਫੋਰਗੇਟ ਕਰਾਂ ਤੋ ਜੋ ਵੀ ਮਾਈ ਆਈਜ ਓਨਲੀ ਫੋਟੋਜ ਵੀਡੀਓ ਹੀ ਬੇ ਡਿਲੀਟ ਹੋ ਜਾਈ। ਤੋ ਅਗਰ ਥੇ ਵੇ ਫੋਟੋ ਵੀਡੀਓ ਡਿਲੀਟ ਨਾ ਕਰਨਾ ਚਾਹੋ ਤੋ ਪਾਸਵਰਡ ਫੋਰਗੇਟ ਨਾ ਕਰੀਓ, ਠੀਕ ਹੈ। ਔਰ ਅਗਰ ਤੁਹਾਨੂੰ ਕੋਈ ਫਰਕ ਕੌਣ ਪੜਾ ਵੀ ਵੇ ਫੋਟੋ ਵੀਡੀਓ ਵੇਸਕ ਡਿਲੀਟ ਹੋ ਜਾਏ ਤੋ ਥੇ ਮਾਈ ਆਈਜ ਓਨਲੀ ਕੋ ਪਾਸਵਰਡ ਫੋਰਗੇਟ ਕਰ ਨਯੋ ਪਾਸਵਰਡ ਕ੍ਰੀਏਟ ਕਰ ਲਿਓ, ਠੀਕ ਹੈ ਬਈ।
तो भी दोस्तों ये मैं थाना सारा स्टेप फॉलो करर दिखाऊंगी कि आखिर आपा माई आईज ओनली गो पासवर्ड फॉरगेट करर कुकर नयो पासवर्ड क्रिएट करांगा। तो इंगा खतर आपा बैक जावांगा, जो फोटो आलो आइकन दिखे इस पर क्लिक करांगा। इत आने के बाद दोस्तों अपन इत एक ऑप्शन दिखे इस पर क्लिक करांगा। इत क्लिक कर दियो, इत अपने किन दो ऑप्शन है, चेंज पासकोड और फॉरगेट पासकोड। अगर आप चेंज पासकोड पर क्लिक करा जो पहला पासवर्ड वो अपन याद होना चाहिए, लेकिन वो तो याद है कोनी, तो आप फॉरगेट करांगा। फॉरगेट करण खातर आप फॉरगेट पासकोड पर क्लिक करांगा। इत क्लिक कर दियो, इब जो अपना अकाउंट को पासवर्ड है नी वो आप इत फिल करांगा, जिया कि मैं करूं। इब आपने किने इत एक लाइन आई, आई अंडरस्टैंड दैट क्रिएटिंग ए न्यू पासकोड विल डिलीट ऑल स्नैप इज माई आई जोनली, ई पर क्लिक करांगा और कंटिन्यू कर देवांगा। ई बापन जो भी पासवर्ड नयो डालनो अभी ना पाई तो डालेवांगा। थे दोस्तों ई पासवर्ड ने याद रख लियो, आप दोबारा वही पासवर्ड फिल करांगा जो अभी फिलहाल नयो डालियो भी न। ई बापने किन्ने कुछ इसी लाइन आवेगी, आई अंडरस्टैंड दैट इफ आई फॉरगेट दिस पासकोड स्नैपचैट हु नॉट बी एबल टू रिकवर माई पासकोड और माई स्नैप्स इन माई आई जोनली, ठीक है। ई पर टिक मार्क करांगा और कंटिन्यू कर देवांगा, फिनिश करांगा। इब दोस्तों इत्थे देख सको अपनी माई आईज ओनली नयो पासवर्ड डल गयो। इब आप कोई भी फोटो लेवांगा एंड सेव कर लेवांगा। इब देखो दोस्तों इत अपने किने एक ऑप्शन आ माई आईज ओनली, इसमें डाल लेवांगा, मूव कर देवांगा। वापस ई आइकन पे क्लिक करांगा और माई आईज ओनली पर जावांगा। जो भी आपा पासवर्ड क्रिएट करियो बिन डाल लेवांगा, या देख सको जो पिक आपा ले वा माई आईज ओनली मांगे, ठीक है। तो भी दोस्तों कुछ इस तरिया, अगर थे माई आईज ओनली को पासवर्ड भूल गया हो तो बिंगी जगह नयो पासवर्ड क्रिएट कर सको, ठीक है। भी दोस्तों अगर ये वीडियो थाने थोड़ो सो भी कुछ सीखने न मिलियो है तो प्लीज वीडियो लाइक कर दियो, कमेंट कर दियो, और अगर थे चैनल पर पहली बार हो तो प्लीज चैनल सब्सक्राइब कर लियो, ताकि इस तरह के इंटरेस्टिंग वीडियो थाने मिलती रहे। आपा मिलांगा बहुत जल्द अगली वीडियो में। बहुत बहुत धन्यवाद भी थारू।